ਅੱਬਾ ਤੈਨੂੰ ਕਿੰਨੇ ਪਾੜਿਆ? ਅਸਲਾਮੁ ਅਲੈਕੁਮ ਰਹਿਮਤੁਲਲਾਹ ਬਰਕਾਤੁ। ਅਸਲਾਮ ਅਲੈਕੁਮ, ਕੀ ਹਾਲ ਚਾਲ ਸਰ ਬਣ ਭਾਈਆਂ ਦੇ? ਸਵਾ ਕਰਨੇ ਜੀ ਤਰ੍ਹਾਂ ਖੁਸ਼ ਰਹੋ, ਬਾਤ ਰਹੋ, ਮੈਂ ਸ਼ਾਸ ਦੇ ਮੁਸਕਰਾਂ। ਅੱਜ ਬਾਹਰ ਨਾ ਟਰਾਲੀਆਂ ਦਾ ਸ਼ੋਰ ਹੈਗਾ, ਇਸ ਕਰਕੇ ਬਾਈ ਜੀ ਮਾਜ਼ਰ। ਸੱਟੀ ਪਈ? ਹਾਂਜੀ, ਆਪਣੀ ਮਿੱਟੀ ਸੱਟੀ ਪਈ। ਉਹ ਛੱਪਰ ਨਹੀਂ ਪਾਣਾ, ਛੱਪਰ ਤੇ ਲਗਾਵਾਂਗੇ। ਇਹ ਇੱਥੇ ਅੰਦਰ ਹੀ ਕੰਮ ਆ ਜਾਣੀ ਹੈ। ਉਹ ਥੋੜ੍ਹੀ ਹੈਗੀ ਸੀ ਨਾ, ਉਹ ਤੇ ਬਰਥੀ ਵੀ ਪਾਣੀ ਆਈ, ਮੈਂ ਤਾਂ ਕਰਕੇ ਹੋਰ ਐਕਸਟਰਾ ਸਟਾਈ ਹੈਗੀ, ਤੇ ਨਾਲੇ ਸਸਤੀ ਪਾਉਂਦੀ ਪਈ ਰੇੜਿਆਂ ਨਾਲ, ਤੈਨੂੰ ਪਤਾ ਮਹਿੰਗੀ ਪੈਂਦੀ ਹੈ। 800 ਰੁਪਏ ਦੀ ਸਾਰੀ ਸਟੀਜੀ ਹੈ, ਤੇ ਉਹ ਕਿੰਨੇ ਦੀ? 1500 ਦੀ ਸਟੀਜੀ ਹੈ, ਉਹਦੇ ਨਾਲ 800 ਵਾਲੀ ਜ਼ਿਆਦਾ ਹੈਗੀ। ਟਰਾਲੀਆਂ ਫਿਰ ਟਰਾਲੀਆਂ ਹੁੰਦੀਆਂ, ਰੇੜੇ ਰੇੜੇ ਹੁੰਦੇ ਆ। ਸਾਡੀ ਹੋ ਰਹੀ ਜੀ ਤਿਆਰੀ ਜਾਣ ਦੀ ਉੱਧਰ ਚੀਚਾ ਵਤਨੀ। ਸਭ ਤੋਂ ਪਹਿਲੇ ਤਾਂ ਅਸਲਾਮ ਅਲੈਕੁਮ ਸਾਰੇ ਭੈਣਾਂ ਭਈਆਂ ਨੂੰ, ਕੀ ਹਾਲ ਨੇ? ਅਲਹਮਦੁਲਿਲਾ, ਅਸੀਂ ਬਿਲਕੁਲ ਠੀਕ ਠਾਕ ਹਾਂ। ਚਾਹ ਰੈਡੀ ਹੋ ਰਹੀ ਸੀ, ਖਾਣਾ ਥੋੜ੍ਹੀ ਦੇਰ ਪਹਿਲੇ ਖਾਇਆ, ਅਤੇ ਨਮਾਜ਼ ਪੜ੍ਹੀ ਹੈ। ਮੈਂ ਫਿਰ ਜਾਂਦੇ ਹਾਂ ਬਾਕੀ ਨਾ। ਉਹ ਕਹਿੰਦੇ ਨਾ ਬੰਦਾ ਇੱਕ ਦਫ਼ਾ ਮਤਲਬ ਇੱਕ ਦੂਰ ਜਾਵੇ ਜਾਂ ਫਿਰ ਵਿਛੜੇ, ਅੱਲਾ ਮਾਰੇ ਅੱਲਾ ਨਾ ਖਰੇ ਅਸੀਂ ਵਿਛੜੀਏ, ਅਤੇ ਮਿੱਠਾ ਦਿਨ ਖਾ ਪੀ ਕੇ ਤਾਂ ਮਤਲਬ ਇੱਕ ਨਾ ਯਾਦਾਂ ਤਾਜ਼ੀਆਂ ਰਹਿੰਦੀਆਂ ਨੇ। ਹੋਰ ਤਾਂ ਮਿੱਠਾ ਹੈਗਾ ਕੋਈ ਨਹੀਂ ਸੀ ਸਿਵਾਏ ਚੀਨੀ ਦੇ, ਇਸ ਕਰਕੇ ਕਿਹਾ ਮੈਂ ਫਿਰ ਚਾਹ ਬਣਾ ਦੇ। ਚਾਹ ਪੀ ਕੇ ਤਾਂ ਫਿਰ ਇੱਥੋਂ ਨਿਕਲਦੇ ਹਾਂ, ਤਕਰੀਬਨ ਸਾਡੇ 3 ਹੋਣ ਵਾਲੇ ਆ, ਸ਼ਾਮਾਂ ਤੱਕ ਅਸੀਂ ਮਸਾਂ ਪਹੁੰਚਾਂਗੇ। ਅਤੇ ਅੱਜ ਮੇਰੇ ਨਾਲ ਜਾ ਰਿਹਾ ਅੱਬੂ ਜੀ ਨੇ, ਠੀਕ ਹੈ? ਉਹਨੇ ਬੜੀ ਬੜੀ ਸਮਝੋ ਕੇ ਨਾ ਖੁਆਇਸ਼ ਆਏਗੀ ਕਿ ਮੈਂ ਉੱਥੇ ਜਾ ਕੇ ਨਾ ਅਜ਼ਾਨ ਵੀ ਪੜ੍ਹਨੀ ਹੈ, ਅਤੇ ਜਾ ਕੇ ਜਿਹੜਾ ਮਸਜਿਦ ਦਾ ਨਿਜ਼ਾਮ ਜਿਹੜਾ ਮਤਲਬ ਕਰਵਾ ਰਿਹਾ ਕੰਮ ਸ਼ਾਮ, ਉਹ ਮਤਲਬ ਦੇਖਣਾ ਵੀ ਕਿਸ ਤਰ੍ਹਾਂ ਦਾ ਹੋਇਆ ਕਿਸ ਤਰ੍ਹਾਂ ਦਾ ਨਹੀਂ ਹੋਇਆ। ਇਸ ਕਰਕੇ ਅੱਬੂ ਨੇ ਸਮਝੋ ਕੇ ਖੁਆਇਸ਼ ਕੀਤੀ ਕਿ ਮੈਨੂੰ ਵੀ ਨਾਲ ਲੈ ਕੇ ਚਲੇ ਜਾਓ। ਮੈਂ ਕਿਹਾ ਚਲੋ ਮੋਟਰਸਾਈਕਲ 'ਤੇ ਲੱਗੇ ਚੱਲਣੇ, ਨਾਲੇ ਗੱਲਾਂ ਰੋਲੀ ਦੋਵੇਂ ਪਿਓ ਪੁੱਤ ਚਲੇ ਜਾਵਾਂਗੇ, ਅਤੇ ਨਾਲੇ ਤੇਰੇ ਨਾਲ ਮਤਲਬ ਰੌਣਕ ਵੀ ਬਹਾਲ ਰਵੇਗੀ। ਇੰਨਾ ਵੱਡਾ ਕੱਪ ਮੈਂ ਨਹੀਂ ਪੀ ਸਕਦਾ, ਬਰਾਏ ਮਿਹਰਬਾਨੀ ਫਰਮਾ ਕੇ ਥੋੜ੍ਹੀ ਜਿਹੀ ਘੱਟ ਕਰ ਦਿਉ। ਹੈਂ? ਨਹੀਂ ਇੰਨੀ ਨਹੀਂ ਮੇਰੇ ਕੋਲ ਪੀਤੀ, ਜੇ ਨਹੀਂ ਪੀਤੀ ਜਾਣੀ। ਮੈਂ ਆਖਿਆ ਮੇਰਾ ਅੱਗੇ ਹਾਂ ਵਡੀਂਦਾ ਪਿਆ, ਮੇਰਾ ਅੱਗੇ ਹਾਂ ਪਿਆ ਵਡੀਂਦਾ, ਹਾਂ ਵੱਡੀ। ਹੁਣ ਬਾਈ ਜੀ ਪਤਾ ਕੀ ਹੁੰਦਾ ਬਈ, ਜਲਨ ਹੁੰਦੀ ਪੀ ਸੀਨੇ ਦੇ ਵਿੱਚ, ਜਲਨ ਹੋ ਰਹੀ ਹੈ, ਅਤੇ ਅੱਗੇ ਅਸੀਂ ਚਾਹ ਪੀਤੀ ਹੈ ਵੈਸੇ ਤਾਂ, ਲੇਕਿਨ ਜਾਂਦੇ ਹਾਂ ਬਾਕੀ। ਮੈਂ ਆਖਿਆ ਚਲੋ ਬੇਗਮ ਦੇ ਹੱਥਾਂ ਦੀ ਚਾਹ ਪੀਤੀ ਚੱਲਦੇ ਹਾਂ, ਅਤੇ ਉੱਥੇ ਤਾਂ ਫਿਰ ਰੋਜ਼ਾਨਾ ਅਸੀਂ ਪੀਂਦੇ ਹੀ ਰਹਿੰਦੇ ਹਾਂ, ਪਰ ਇਸ ਚਾਹ ਦਾ ਸਵਾਦ ਹੋਰ ਹੀ ਹੈਗਾ, ਠੀਕ ਹੈ ਨਾ? ਚਾਹ ਦਾ ਲੰਬਾ ਸੂਟਾ, ਗਰਮ ਚਾਹ ਦਾ ਸੂਟਾ ਇਸੇ ਤਰ੍ਹਾਂ ਲਾ ਪੀਦਾ ਹੈ। ਚੰਗਾ ਬੇਗਮ, ਅੱਲਾ ਦੇ ਹਵਾਲੇ, ਜ਼ਿੰਦਗੀ ਰਹੀ ਤਾਂ ਮਿਲਾਂਗੇ। ਅਤੇ ਬਾਕੀ ਮਿਸਤਰੀ ਤਾਂ ਮੈਂ ਸੋਰ ਕੀਤੀ ਜਾਂਦਾ, ਜੇ ਤਾਂ ਉਹ ਬਣ ਗਿਆ ਤਾਂ ਠੀਕ, ਨਾ ਬਣਿਆ ਤਾਂ ਫਿਰ ਇੱਥੋਂ ਵਾਲੇ ਮਿਸਤਰੀ ਨੂੰ ਲਾ ਲਵਿਆ, ਠੀਕ ਹੈ ਨਾ? ਆਹੋ ਇਹ ਕੰਮ ਮੁਕਵਾ ਲਿਆ ਮਗਰੋਂ, ਬਾਕੀ ਹੁੰਦਾ ਮੇਰੇ ਨਾਲ ਫੋਨ 'ਤੇ ਰਾਬਤਾ ਜ਼ਰੂਰ ਕਰਾ, ਮੈਂ ਉਹਨੂੰ ਤਰੀਕਾ ਕਰ ਦੱਸ ਦੇਸਾਂ ਵੀ ਕਿਹੜੇ ਤਰੀਕੇ ਨਾਲ ਬਣਾਉਣਾ, ਸਹੀ ਹੈ ਨਾ? ਆਉਂਦੇ ਰਾਸੇ ਸਿਗਨਲ ਹੁੰਦੇ ਕਿਉਂ ਨੇ? ਚਲੋ ਲੱਗਾ ਰਵੇ, ਮੈਂ ਕਿਹੜਾ ਈਜ਼ੀ ਪੈਸਾ ਦੁਕਾਨ ਤੇ ਬੈਠਾ ਹੋਇਆ। ਮੈਂ ਪਹਿਣਾ ਮੈਂ ਕੋਈ ਈਜ਼ੀ ਪੈਸਾ ਦੁਕਾਨ ਤੇ ਬੈਠਾ, ਆਉਂਦੀਆਂ ਨੇ ਪੈਕੇਜ ਲਾ ਦਿਆ। ਹਾਂਜੀ ਆਹੋ, ਆਪਣਾ ਖਿਆਲ ਰੱਖਣਾ, ਠੀਕ ਹੈ? ਹਾਂ, ਅਤੇ ਬਾਕੀ ਮਿਸ ਕਾਲ ਚ ਦਿਵਿਆ ਜੀ, ਅਗਰ ਨਾ ਮਤਲਬ ਗਾਲ ਲੋ ਪਾਵੇ ਫੋਨ ਕਰ ਲਵੇ ਕਿਸੇ ਨਾ ਕਿਸੇ ਕੋਲੋਂ, ਮੈਂ ਮਤਲਬ ਪਤਾ ਕਰਕੇ ਤੁਹਾਨੂੰ ਫੋਨ ਕਰਾਂਗਾ ਨਾ ਬਈ ਮਿਸਤਰੀ ਬਣਦਾ ਨਹੀਂ ਬਣਦਾ, ਠੀਕ ਹੈ? ਬਾਕੀ ਦੁਆ ਕਰਿਆ ਅੱਲਾ ਪਾਕ ਖੈਰ ਖਰੀਅਤ ਨਾਲ ਲੈ ਜਾਵੇ।
ਤੂੰ ਵੀ ਕਰ ਸੇ ਦੁਆ ਅੱਲਾ ਸੋਹਣੇ ਦੇ ਵਾਲ ਚੱਲ ਤੇ ਤੂੰ ਗੁਜ਼ਰ ਰਿਹਾ ਸੀ ਤੇ ਮੈਂ ਆਖਿਆ ਵੀ ਜਿਹੜਾ ਕੱਲ ਨਲਕਾ ਲਾਇਆ ਨਾ ਉਹਦਾ ਫਰਸ਼ ਵੀ ਖਵਾਈ ਚਲੀਏ ਇਹਦੇ ਉੱਤੇ ਥੋੜਾ ਸੀਮੈਂਟ ਪਾਈ ਮਾਰ ਲੈਣਾ ਦੂਸਰਾ ਸੀਮੈਂਟ ਮਾਰਿਆ ਹੀ ਲੇਕਿਨ ਇਹ ਵੀ ਜਿਹੜਾ ਨਾ ਪਾਣੀ ਉਤੋਂ ਬਾਅਦ ਚੱਲਦਾ ਰਿਹਾ ਖਰਾਬ ਹੋ ਗਿਆ ਹਾਂ ਸਹੀ ਹੈ ਮੋਢੋਂ ਚੰਗਾ ਬੰਨ ਲਵਿਆ ਇਹ ਸਾਰਾ ਕੰਮ ਸਾਰਾ ਕੰਮ ਹੀ ਮੋੜ ਦਾ ਅਗਰ ਮੋੜ ਡਲਿਆ ਨਾ ਫਿਰ ਸਮਝੋਗੇ ਨਾ ਸਹੀ ਚਲੋ ਮਾੜਾ ਜੀ ਉੱਤੇ ਜਿਹੜੀ ਕਸਾ ਰਹੇ ਉਹ ਮਾੜੀ ਘਾੜ ਲਵੇ ਹਾਂ ਠੀਕ ਵੀਰ ਦੁਨੀਆਂ ਦੇ ਕੰਮ ਤੇ ਮੁੱਕਣੇ ਹੀ ਕੋਈ ਨੀ ਚਾਹੇ ਜਿੰਨਾ ਹੀ ਬੰਦਾ ਇਨਸਾਨ ਜਿਹੜਾ ਨਾ ਪੱਚੋ ਪਜਾਈ ਚ ਰਵੇ ਤੇ ਬਾਕੀ ਅੱਲਾ ਪਾਕ ਨੇ ਵੀ ਜਿਹੜੇ ਫਰਜ਼ ਜ਼ਿੰਮੇ ਲਾਏ ਨੇ ਉਹਨਾਂ ਨੂੰ ਨਾਲੋ ਨਾਲ ਜਿਹੜਾ ਨਾ ਸਰ ਅੰਜਾਮ ਦੇਣਾ ਚਾਹੀਦਾ ਲਿਆਦਾ ਨਮਾਜ਼ ਅਸਰ ਦਾ ਟਾਈਮ ਹੋ ਚੁੱਕਿਆ ਸੀ ਤੇ ਰਸਤੇ 'ਚ ਅਸੀਂ ਹੁਣ ਤਕਰੀਬਨ ਹੜੱਪੇ ਪਹੁੰਚਾਏ ਇੱਥੇ ਆ ਕੇ ਹੁਣ ਨਮਾਜ਼ ਅਸਰ ਅਦਾ ਕਰਨੇ ਫਿਰ ਨਿਕਲਦੇ ਹਾਂ ਅੱਜ ਪੂਰੀ ਕੋਸ਼ਿਸ਼ ਕਰਕੇ ਮੰਡ ਮੰਡ ਕੇ ਚੰਗਾ ਸਪੀਡ ਨਾਲ ਆਏ ਹਾਂ ਅਤੇ ਤਾਂ ਜਾ ਕੇ ਅਸੀਂ ਜਿਹੜਾ ਨਾ ਇਸ ਟਾਈਮ ਪਹੁੰਚੇ ਹਾਂ ਸੂਰਜ ਸਮਝੋ ਕਿ ਗਰੂਬ ਹੋ ਰਿਹਾ ਬਿਲਕੁਲ ਹੀ ਹੁਣ 10 ਮਿੰਟ ਹੈ ਨੇ ਬਸ ਸ਼ਾਮ ਹੋਵਣ 'ਚ ਅਤੇ ਬੜੀ ਕੋਸ਼ਿਸ਼ ਕਰਕੇ ਜਿਹੜਾ ਨਾ ਪਹੁੰਚੇ ਹਾਂ ਤਕਰੀਬਨ ਅਜੇ ਤੱਕ ਸਫ਼ਰ ਸਾਡਾ 10 ਕਿਲੋਮੀਟਰ ਮਜ਼ੀਦ ਹੈਗਾ ਮਾਸ਼ਾਅੱਲਾ ਜੀ ਚੈੱਕ ਕਰੋ ਕਿੰਨਾ ਪਿਆਰਾ ਇਹਨੇ ਥੜੀ ਬਣਾ ਲਈ ਚੁੱਲ੍ਹੇ ਬਣਾ ਲਏ ਨੇ ਤੇ ਕਹਿੰਦੀ ਹਜੇ ਤੱਕ ਕੁਛ ਵੀ ਨਹੀਂ ਬਣਿਆ ਆਂਦੀ ਨਜ਼ਰ ਵੀ ਹੋ ਗਈ ਕਿਤੇ ਨਜ਼ਰ ਹੋਈ ਇਹ ਨਜ਼ਰ ਹੋਈ ਪਈ ਐ ਨਹੀਂ ਟੁੱਟੀ ਪਈ ਹੈ ਹੈ ਮੈਂ ਗਈ ਆ ਗਾ ਲੈਣ ਬੱਕਰੀ ਕਾਣ ਤੇ ਪਿੱਛੂ ਬੱਚਿਆਂ ਨੇ ਤਰੋੜ ਦਿੱਤੀ ਨਹੀਂ ਰੱਖਾਂ ਹੁਣ ਦੁਬਾਰਾ ਬਣਾਓ ਕੋਈ ਗੱਲ ਨਹੀਂ ਥੋੜਾ ਜਿਹਾ ਬਣਾ ਕੇ ਮਸਾਲਾ ਤੇ ਸਾਰਾ ਕਰ ਲੈਣਾ ਆਵੇ ਕੰਮ ਨਾ ਉਹ ਸਟੈਪ ਬਣਾਏ ਨਾ ਕੁਛ ਐ ਤੇ ਚਲੋ ਮਾਸ਼ਾਅੱਲਾ ਬੜਾ ਵਧੀਆ ਹੋ ਗਿਆ ਬੜਾ ਪਿਆਰਾ ਕੰਮ ਹੋ ਗਿਆ ਆ ਮਿੱਟੀ ਮਾੜੀ ਮੋਟੀ ਐ ਸਾਰ ਪੈਣ ਵਾਲੀ ਰੰਦੀ ਐ ਇੱਥੇ ਅੱਛਾ ਉਸ ਜਗ੍ਹਾ ਤੇ ਉਹਨੂੰ ਕਰ ਰਹਿ ਗਈ ਐ ਬਾਕੀ ਆ ਥੋੜੀ ਥੋੜੀ ਮਿੱਟੀ ਸੱਟੀ ਆਏਗੀ ਸਹੀ ਐ ਸਾਰੇ ਨਾਲ ਅਜੇ ਵੇੜੇ ਦਾ ਉਵੇਂ ਸਤੀਆ ਨਾਸ ਹੈਗਾ ਕੋਈ ਨਹੀਂ ਸਹੀ ਸਤੀਆ ਨਾਸ ਪਿਆ ਆ ਗਿਆ ਹਾਂਜੀ ਉਸ ਤੋਂ ਬਾਅਦ ਉਹ ਥੜੀ ਰੰਦੀ ਐ ਅੱਗੇ ਉੱਥੇ ਹੀ ਥੜੀ ਮੇਰੇ ਖਿਆਲ ਇੰਜ ਦੀ ਬਣਾ ਲੈ ਪੱਕੀ ਤੋੜੋ ਤੋੜ ਹੀ ਇੰਜ ਨਾ ਸਿੱਧੀ ਸਿੱਧੀ ਐ ਇੱਟ ਵੱਟਾ ਵਾਵਾ ਪਿਆ ਇੰਜ ਦੀ ਤੋੜੋ ਤੋੜ ਬਣਾ ਲਏ ਤੇ ਬਾਈ ਜੀ ਅਸੀਂ ਆਣ ਕੇ ਮਿਲੇ ਗਿਲੇ ਕੋਈ ਨਹੀਂ ਬਸ ਇਵੇਂ ਸਲਾਮ ਦੁਆ ਕਰ ਲਿਆ ਠੀਕ ਹੈ ਨਾ ਮੈਂ ਤਾਂ ਹੁੰਦੇ ਤਾਂ ਵੇਖਦੇ ਹਾਂ ਸਾਰੀ ਨਜ਼ਰ ਪਈ ਹੈ ਨਾ ਤੇ ਮੈਂ ਤਾਂ ਇੱਕ ਵਾਰੀ ਹੈਰਾਨ ਰਹਿ ਗਿਆ ਮੈਂ ਆਖਿਆ ਹੈ ਮਾਸ਼ਾਅੱਲਾ ਕੀ ਬਾਤ ਹੈ ਤਾਂ ਉੱਪਰ ਕੱਚੀ ਜਗ੍ਹਾ ਆਏਗੀ ਉਹਦਾ ਕੀ ਸੂਤਰਾ ਖੁਰੀ ਤੇ ਫਿਰ ਉਹਦੇ ਉੱਤੇ ਸਾਰੀ ਮਿੱਟੀ ਆਵੇਗੀ ਸਹੀ ਬਸ ਹੌਲੀ ਹੌਲੀ ਆਪਣੇ ਘਰ ਨੂੰ ਨਾ ਸਮਾਰਨਾ ਸੁਧਾਰਨਾ ਸ਼ੁਰੂ ਕਰ ਦੇ ਵੇਖ ਲੈ 2 ਘੰਟਿਆਂ ਤਾਂ ਦੇ ਵਿੱਚ ਵਿੱਚ ਅਸੀਂ ਇੱਥੇ ਸਪੀਡਾਂ ਮਾਰ ਕੇ ਆਏ ਆ ਲੱਗਦਾ ਫਿਰ ਆਪਣੀ ਜ਼ਿੰਦਗੀ ਤੁਹਾਨੂੰ ਪਿਆਰੀ ਨਹੀਂ ਉਹ ਕਿਉਂ ਜੀ ਤੁਸੀਂ ਜਿਤਨੀ ਸਪੀਡ ਦੇ ਵਿੱਚ ਆਏ ਨੇ ਉਹ ਤੇ ਅੱਲਾ ਵਾਰਿਸ ਹੈ ਉਹ ਤੇ ਜੇ ਬੰਦਾ ਮੱਠਾ ਹੋਵੇ ਤਾਂ ਵੀ ਜਿੱਥੇ ਲਿਖੀ ਹੈ ਉੱਥੇ ਆ ਕੇ ਰਹਿਣੀ ਹੈ
ਤੇ ਜੇ ਸਪੀਡ ਤੇ ਚਾਵੇ ਆਪਣੇ ਬੰਦੇ ਨੂੰ ਗੱਲ ਹੈ। ਮੈਂ ਤਾਂ ਸਪੀਡ ਮਾਰੀ ਆ, ਮੈਂ ਕਿਹਾ ਸ਼ਾਮ ਤੋਂ ਬਾਅਦ ਨਾ ਕੋਈ ਸ਼ਾ ਨਜ਼ਰ ਹੀ ਕੋਈ ਨਹੀਂ ਆਉਂਦੀ, ਅੱਗੋਂ ਲਾਈਟਾਂ ਪੈਂਦੀਆਂ ਨੇ ਤੇ ਰਸਤੇ ਦੇ ਵਿੱਚ 100 ਖੱਡਾ ਔਰਾਂ ਭਰਾਂ, ਮਤਲਬ ਰਸਤਾ ਸਾਰਾ ਟੁੱਟਾ ਭੱਜਾ ਹੁੰਦਾ। ਇਸ ਕਰਕੇ ਬੱਚਤ ਕਰਨ ਵਾਸਤੇ ਮੈਂ ਸਪੀਡ ਮਾਰੀ ਹੈ, ਜਿੱਥੇ ਜਿੱਥੇ ਰਾਹ ਸਾਫ਼ ਲੱਭਦਾ ਹੈ ਨਾ 80 ਤੋਂ ਥੱਲੇ ਨਹੀਂ ਆਇਆ ਮੈਂ ਜ਼ਿੰਦਗੀ 'ਚ। ਯਕੀਨ ਕਰ ਪਹਿਲੀ ਵਾਰੀ ਇੰਨੀ ਮੈਂ ਮੋਟਰਸਾਈਕਲ 'ਤੇ ਸਪੀਡ ਮਾਰੀ, ਤਾਂ ਹੁਣ ਮੈਨੂੰ ਪਾਣੀ ਦੇ ਤਾਂ ਕਿ ਮੇਰੀ ਤਰੇਨ ਲਵੇ, ਬੜੀ ਮੈਨੂੰ ਤਰੇਨ ਲੱਗੀ ਖੜੀ ਆ। ਹਾਂਜੀ ਬਾਕੀ ਤਾਂ ਬਾਈ ਜੀ ਕੰਮ ਵਧੀਆ ਹੋਇਆ ਸੋ ਹੋਇਆ ਇਹਨਾਂ ਨੂੰ, ਲੇਕਿਨ ਅਲਹਮਦੁਲਿਲਾ ਇੱਥੇ ਨਮਾਜ਼ ਪੜ੍ਹਨ ਦੀ ਵੀ ਜਗ੍ਹਾ ਕਾਫੀ ਬਣ ਗਈ ਹੈ, ਪੱਕੀ ਜਗ੍ਹਾ, ਮਾਸ਼ਾਅੱਲਾ ਕਿਆ ਬਾਤ ਹੈ। ਇਸ ਪਾਸੇ ਵੀ ਅਤੇ ਉਸ ਪਾਸੇ ਵੀ ਦੋਨਾਂ ਸਾਈਡਾਂ 'ਤੇ ਵੀ ਸ਼ੱਕ ਬੰਦਾ ਨਮਾਜ਼ ਪੜ੍ਹ ਸਕਦਾ, ਔਰ ਪੱਕੀ ਜਗ੍ਹਾ ਬਿਲਕੁਲ ਕਲੀਨ ਹੋਈ ਪਈ ਹੈ, ਜ਼ਬਰਦਸਤ ਵਾਹ ਜੀ ਵਾਹ। ਬਸ ਇਹ ਥੋੜ੍ਹਾ ਜਿਹਾ ਹੈ ਇਹਦੇ ਨਾਲ ਬੇਸ਼ੱਕ ਦੇ ਨਾਲ ਬਜਰੀ ਵਾਲਾ ਮਸਾਲਾ ਜਿਹੜਾ ਨਾ ਉਹ ਚਿਪਕਾ ਕੇ ਨਾ ਥੋੜ੍ਹਾ ਥੋੜ੍ਹਾ ਇਹ ਨੀਵਾਂ ਨੀਵਾਂ ਜਿਹੜਾ ਨਾ ਕਰ ਦੀ ਵੀ ਨਾ ਪਲਸਤਰ, ਅਤੇ ਇਹ ਫਿਰ ਹੋ ਜਾਵੇਗਾ ਲੋਇਆ, ਠੀਕ ਹੈ ਨਾ। ਪਹਿਲੇ ਲੇਕਿਨ ਉਹਦੇ ਨੂੰ ਨਾਲੋਂ ਦੀਵਾਰ ਦਾ ਜਿਹੜਾ ਨੂੰ ਕੁਝ ਕਰਨਾ ਪਵੇਗਾ, ਦੀਵਾਰ ਜਿਹੜੀ ਅਗਰ ਥੱਲੇ ਥੋੜ੍ਹੀ ਥੋੜ੍ਹੀ ਕਿਰਦੀ ਰਹੀ ਨਾ ਤਾਂ ਫਿਰ ਸਮਝੋ ਕਿ ਨਾ ਉਹਦੇ ਫਾਇਦਾ ਕੋਈ ਨਹੀਂ ਆਉਣਾ ਬਜਰੀ ਲਾਵਣ ਦਾ। ਬਜਰੀ ਵਾਲਾ ਮਸਾਲਾ ਬਣਾ ਕੇ ਤਕਰੀਬਨ ਜਿਹੜਾ ਨਾ 2-2 ਫੁੱਟ ਇਹ ਇੰਨੀ ਇੰਨੀ ਦੀਵਾਰ ਦੇ ਨਾਲ ਜਿਹੜੀ ਨਾ ਤੋੜੋ ਤੋੜ ਲਾ ਦੇਵੀ ਵੇ, ਫਿਰ ਇਹ ਬੜਾ ਵਧੀਆ VIP ਕੰਮ ਹੋ ਜਾਵੇਗਾ। ਅੱਬਾ ਤੈਨੂੰ ਕਿੰਨੇ ਪਾੜਿਆ? ਦੁਸ਼ਮਣੀ ਚਲੋ ਚਲੋ ਜੀ ਵਡਕਾ ਬੁਲਾ ਲੈਨੇ ਆ, ਵਡਕਾ ਬੁਲਾ ਲੈ, ਖੱਬਾ ਹੱਥ ਨਾਲ ਨਹੀਂ ਸਲਾਮ ਲੈਣਾ, ਉਤਾਹੂ ਠੀਕ ਹੈ, ਉਤਾਹੂ ਠੀਕ ਹੈ, ਉਤਾਹੂ ਠੀਕ, ਚਲੋ ਮੈਨੂੰ ਪਤਾ, ਚਲੋ ਉਠਣ ਬਾਅਦ ਕਰੇ ਤਾਂ ਉਹ ਮੈਂ ਆਖਿਆ ਖਰੇ ਕੁੱਤਿਆਂ ਨੇ ਪਾੜੇ, ਹੱਡੂ ਹਾਲਤ ਬੁਰੀ ਕੀਤੀ ਬੰਦਾ ਮਜ਼ਾਕ ਸ਼ੁਰੂ ਹੋਇਆ ਤਕਰੀਬਨ ਕੁਝ ਦਿਨਾਂ ਤੋਂ, ਵਰਨਾ ਇਹਦਾ ਮੂਡ ਇੰਜ ਲਟਕੇ ਆਉਂਦਾ ਸੀ ਨਾ ਬਈ ਬੁਲਾ ਕੇ ਨਹੀਂ ਰਾਜੀ, ਹੁਣ ਹੀ ਬੜਾ ਮੁਸ਼ਕਿਲ ਬੁਲਾਇਆ ਹੈ ਨਾ, ਹੁਣ ਹੀ ਬੜਾ ਔਖਾ ਬਾਈ ਜੀ ਬੁਲਾਇਆ, ਵਡਕਾ ਆਖਿਆ ਤਾਂ ਤਾਂ ਉੱਠੀ ਜਾ, ਨਹੀਂ ਤਾਂ ਅੱਬਾ ਆਖਿਆ ਕੋਈ ਨਹੀਂ ਉੱਠਦਾ। ਇਹ ਲਾਲਾ ਜੀ ਕੀ ਪਕਾਊਗਾ? ਆਲੂ ਪਕਾਉਂਗਾ ਬਾਈ ਜੀ, ਤੇ ਦਾਲ, ਆਲੂ ਤੇ ਦਾਲ, ਆਲੂ ਤੇ ਦਾਲ ਦਾ ਕੀ ਜੋੜ ਹੈ? ਆਲੂ ਕੋਈ ਨੀ, ਤੁਸੀਂ ਦੱਸਿਆ ਹੀ ਨੀ, ਮੈਂ ਤਾਂ ਖਾਣਾ ਪੱਕਿਆ ਪਿਆ ਸੀ, ਸਬਜ਼ੀ ਫੜੀ ਆਉਂਦਾ, ਉਦੋਂ ਹੀ ਦੱਸ ਦੇਣਾ ਸੀ, ਉਦੋਂ ਤਾਂ ਮੈਂ ਅੱਪੇ ਖੜਾ ਸੁੰਗਿਆ, ਨਮਾਜ਼ ਪੜ੍ਹੀ ਉੱਥੋਂ ਫਿਰ ਹੈਗਾ।
ਸਹੀ ਹੈ। ਅੱਬਾ ਕੀ ਕਰਨ ਲੱਗੇ ਹੋ? ਹੈਂ ਅੱਬਾ ਤੇ ਬੋਲਦਾ ਹੀ ਨਹੀਂ ਅੱਗੋਂ, ਕਿਉਂ ਬਾਈ? ਸੁਥਣ ਸਾਰੀ ਪਾੜੀ ਬੈਠਾ ਬਲਾ ਅੱਲਾ ਦੇ ਬੰਦੇ। ਹਾਂ ਵੇਖੋ ਨਾ, ਧਾਗਾ ਫੜੀ ਫਿਰਦੇ ਨੇ ਤੇ ਅੱਧੀ ਰਾਤੀ ਕੁੰਡੀਆਂ ਲਾਉਣ ਲੱਗੇ ਨੇ, ਮੱਛੀਆਂ ਦਾ ਸ਼ਿਕਾਰ ਖੇਡੂ ਨੇ। ਇਸ ਤਰ੍ਹਾਂ ਦੀ ਕੁੰਡੀ ਹੈ ਬਾਕੀ ਦੇ ਹੀ ਰਾਤ ਨੂੰ ਕਿੰਜ ਪਕੜੀਆਂ ਜਾਣੀਆਂ ਨੇ ਸਰਕਾਰ? ਹੁਣੇ ਆਪਾਂ ਗੋਲੀਆਂ ਬਣਾ ਕੇ ਨਾ, ਹੈਂ, ਆਟਾ ਗਰਮ, ਪਾਣੀ ਗਰਮ ਕਰਕੇ ਵਿੱਚ ਸੱਠੇ ਸਾਹ ਦਿਨਾਂ ਜੀ ਗੋਗਲੀਆਂ ਬਣਾ ਕੇ ਆਟੇ ਉਹ ਵਿੱਚ ਇੱਕ ਇੱਕ ਕੁੰਡੀ ਨਾਲ ਲਾ ਦੇਣੇ, ਸੁਬਹ ਫੁੱਸੀ ਪਈ ਹੋ। ਚਲੋ ਵੇਖ ਲੈਨੇ ਆ ਬਈ, ਹੁਣ ਸੁਬਹ ਸਾਂਝ ਰਿਹਾ ਸਾ, ਦੇਖਣਾ ਬਈ ਮੱਛੀਆਂ ਵਿੱਚ ਇਹਨਾਂ ਦੇ ਫਸੀਆਂ ਕੁੰਡੀਆਂ ਦੇ ਜਾਂ ਨਹੀਂ ਫਸਦੀਆਂ। ਵਾਹ, ਕੁੰਡੀਆਂ ਤਾਂ ਕਾਫੀ ਲਈ ਫਿਰਦੇ ਨੇ, ਇਹ ਲੈ ਕਿੱਥੋਂ ਆਉਂਦੇ ਹੋ ਜੀ? ਮੁਨੀਰਾ ਬਾਦੂ ਆ ਲੀਆਂ ਤੇ ਬੇਲੀ ਕੋਲ ਸਹੀ ਹੈ। ਇੱਧਰ ਤਾਂ ਮੱਛਲੀ ਨੂੰ ਤੜਕਾ ਲੱਗਦਾ ਪਿਆ, ਇਹ ਕਿਦੋਂ ਆਈ? ਵਾਹ, ਮੱਛੀਆਂ ਤਾਂ ਇੱਥੇ ਫੜ ਫੜ ਕੇ ਖਾਂਦੇ ਨੇ ਨਾ, ਕਿਆ ਬਾਤ ਹੈ ਜੀ, ਕਿਆ ਬਾਤ। ਮੈਂ ਤੇ ਮੱਛੀ ਮੇਰੀ ਬਹੁਤ ਫੇਵਰੇਟ ਹੈ, ਪੱਕ ਗਈ। ਚੈੱਕ ਕਰੋ ਬਾਈ ਜੀ, ਮਾਸ਼ਾ ਅੱਲਾ, ਵਿੱਚ ਨੀਰੇ ਕੰਡੇ ਨੇ। ਲਓ ਅੱਬੂ ਜੀ, ਇੱਕ ਬੋਟੀ ਖਾ ਲਓ, ਇਹਨੇ ਵਿੱਚ ਕੰਡੇ ਧਿਆਨ ਨਾਲ। ਹਾਂਜੀ, ਸਹੀ ਹੈ, ਵਿੱਚ ਉਹਨੇ ਕੋਈ ਨੀ ਮਹਾਰਾਜ, ਲੂਣ ਕੋਈ ਨੀ ਪਾਇਆ, ਐਵੇਂ ਤੜਕਾ ਲਾਇਆ। ਬੜੀ ਮੌਜ ਹੈ ਬਾਈ, ਤਾਂ ਮੁਸਹਰਾ ਹੈ, ਸਾਈ ਤੇਰਾ ਬਣਾ ਦਿੰਦਾ ਖਾਣਾ ਛਾਣਾ, ਕੀ ਸ਼ਾ, ਰੋਟੀਆਂ ਵੀ ਪਕਾ ਲੈਂਦਾ ਉਸ, ਹੱਡੂ ਸਹੀ ਹੈ। ਤੂੰ ਨਾ ਹੀ ਕੀਤਾ ਕਰ, ਜਾਣ ਕੇ ਮੰਜੀ ਤੇ ਪੱਟੀ ਬੰਨ ਕੇ ਤੇ ਆਖਿਆ ਸ਼ਾਮ ਟਾਈਮ ਮੇਰਾ ਸਿਰ ਗਿਆ ਬਾਈ ਜੀ, ਮੈਨੂੰ ਮਕਰ ਨਹੀਂ ਕਰਨਾ। ਇਹ ਤਾਂ ਗੱਲ ਹੈ, ਦਾ ਨਹੀਂ ਮਕਰ ਕਦੀ ਕਦੀ ਕਰਨਾ ਪੈ ਵੀ ਜਾਂਦਾ ਹੈ। ਥੋੜੀ ਜੀ ਮੱਠੀ, ਕਿਉਂਕਿ ਇੰਨੀ ਮਹਾਰਾਜ ਮੈਂ ਨਹੀਂ ਖਾਂਦਾ, ਮਿਹਰਬਾਨੀ ਤੇਰੀ। ਆਹੋ ਮਹਾਰਾਜ ਥੋੜੀ ਜੀ ਕੰਮ ਰੱਖਿਆ ਹੈ ਠੀਕ ਹੈ। ਮੀਆਂ ਜੀ ਬਣਾ ਰਹੇ ਨੇ ਜੀ ਗੋਗਣੀਆਂ ਆਟੇ ਦੀਆਂ, ਕਾਹਦੇ ਲਈ? ਮੱਛਲੀ ਫੜਨੀ, ਮੱਛਲੀ ਮੱਛਲੀ ਫੜਨੀ ਹੈ, ਮੱਛਲੀ ਨਾਲ ਨਾਸ਼ਤਾ ਸੁਬਹ ਕਰਨਾ। ਅੱਛਾ, ਮੱਛਲੀ ਨਾਲ ਨਾਸ਼ਤਾ ਕਰਨਾ, ਇਹ ਤੈਨੂੰ ਮਿਹਨਤ ਹੈ ਵੀ ਲੱਗ ਜਾਸੀ? ਅੱਲਾ ਦੇ ਹੁਕਮ ਨਾਲ ਲੱਗ ਸੀ। ਅੱਛਾ ਠੀਕ ਹੈ, ਅੱਲਾ ਤਾਲਾ ਵੇਖੀ ਮੱਛੀ ਦੇਣਾ। ਅੱਛਾ, ਤੇ ਮੈਂ ਕਰਨ ਲੱਗੀ ਹਾਂ ਜੀ ਦੁੱਧ ਗਰਮ, ਸਾਲਣ ਸ਼ਾਲਣ ਬਣਾਇਆ, ਰੋਟੀ ਛੋਟੀ ਬਣਾ ਕੇ ਦਿੱਤੀ ਹੈ ਜੀ ਅੱਬੂ ਹੋਰਾਂ ਨੂੰ, ਅਤੇ ਹੁਣ ਦੁੱਧ ਗਰਮ ਕਰਨੀ ਹੈ, ਫਿਰ ਚਾਹ ਬਣਾ ਕੇ ਦੇਣੀ ਆ। ਮਾਸ਼ਾ ਅੱਲਾ ਜੀ, ਚਾਹ ਹੋ ਚੁੱਕੀ ਹੈ ਤਿਆਰ।
ਇੱਕ ਵਾਰੀ ਚਾਹ ਖਰਾਬ ਹੋ ਚੁੱਕੀ ਹੈ ਔਰ ਦੂਸਰੀ ਵਾਰੀ ਚਾਹ ਤਿਆਰ ਕੀਤੀ ਗਈ ਹੈ। ਦੁੱਧ ਖਰਾਬ ਹੋ ਗਿਆ ਸੀ ਤੇ ਹਾਂਜੀ ਇਹ ਚੈੱਕ ਕਰੋ ਫਟ ਚੁੱਕਿਆ ਸਾਰਾ, ਹੁਣ ਪਾਣੀ ਪਾਣੀ ਨਜ਼ਰ ਆ ਰਿਹਾ, ਚਾਹ ਜਿਹੜੀ ਇਹਨੂੰ ਥੱਲੇ ਬਹਿ ਗਈ ਹੈ। ਇੰਨਾ ਹੁਣ ਦੇ ਕੀ ਵੇਖ ਲਓ ਚਾਹ ਦੀ ਪਰੀ ਖਰਾਬ ਹੋ ਗਈ ਹੈ। ਹੁਣ ਇਹਦੇ ਨਾ ਖਰਾਬ ਹੋਵੇ, ਸਾਹ ਤਾਂ ਨੀ ਆਉਂਦਾ। ਅਸਲ ਇਦੋ ਤੁਹਾਡਾ ਨਾ ਸਗਣਾ ਜ਼ਿਆਦਾ ਵੇ, ਥੋੜਾ ਜਿਹਾ ਪਾਣੀ ਪਾਇਆ ਕਰੋ, ਪਾਣੀ ਪਾਈਦਾ ਹੈਗਾ, ਫਿਰ ਐ ਸੁਬਾਂ ਦਾ ਪਿਆ ਬੂਟੀ ਲਾਈ ਕਰੋ ਇੱਕ ਤੇ ਪਿਆ ਰਿਹਾ ਵਿੱਚ, ਮੈਂ ਕਿਹਾ ਬੂਟੀ ਥੋੜੀ ਲਾ ਲਈ ਕਰ। ਹਾਂ ਸਿਰਫ ਘਰ ਇਸਤੇਮਾਲ ਕਰਨ ਵਾਸਤੇ, ਮੈਂ ਤਾਂ ਵੇਚਣ ਵਾਸਤੇ ਬੂਟੀ ਲਾਈ ਦਾ, ਬੂਟੀ ਲਾਣਾ ਪਤਾ ਹੀ ਗੁਨਾਹ ਕਿੰਨਾ ਹੈਗਾ। ਕਹਿੰਦੇ ਨਾ ਉਹ ਇੱਕ ਹਦੀਸ ਵਿੱਚ ਹੈ ਕਿ ਮਿਲਾਵਟ ਕਰਨ ਵਾਲਾ ਹਮ ਮੇ ਸੇ ਨਹੀਂ, ਹਮਾਰੇ ਨਬੀ ਪਾਕ ਦੀ ਹਦੀਸ ਹੈ, ਠੀਕ ਹੈ ਨਾ। ਇਸ ਕਰਕੇ ਬੂਟੀ ਲਾਣਾ ਬਹੁਤ ਸਖਤ ਗੁਨਾਹ ਹੈ ਔਰ ਨਬੀ ਪਾਕ ਦੀ ਉਮਾ ਤੇ ਚੂ ਲਾਮੇ ਹੋ ਜਾਂਦਾ ਬੰਦਾ ਤੇ ਫਾਇਦਾ। ਥੋੜ੍ਹੀ ਜਿਹੀ ਬੂਟੀ, ਹਾਂ ਥੋੜ੍ਹੀ ਜਿਹੀ ਬੂਟੀ ਲਾਵਣ ਨਾਲ ਬੰਦਾ ਮਤਲਬ ਨਬੀ ਪਾਕ ਨੇ ਆਖਿਆ ਵੀ ਸਾਡੀ ਉਮਾ ਤੇ ਚੀ ਨਹੀਂ ਹੈ ਤੇ ਫਿਰ ਫਾਇਦਾ। ਆਹੋ ਥੋੜ੍ਹਾ ਖਾ ਲਓ, ਇੱਜ਼ਤ ਦਾ ਖਾ ਲਓ ਤੇ ਚੰਗਾ ਖਾ ਲਓ। ਬਾਕੀ ਆ ਗੋਲੀਆਂ ਕਿਸ ਵਾਸਤੇ ਬਣੀਆਂ ਪਈਆਂ? ਸੁਭਾਨ ਅੱਲਾ, ਮੈਂ ਤਾਂ ਆਖਿਆ ਵੀ ਪਿੰਨੀਆਂ ਬਣੀਆਂ ਪਈਆਂ ਨੇ, ਕਿਆ ਮੁਕਰੀ ਮੱਛੀਆਂ ਫੱਦੂ ਨੇ, ਰਾਤੀ ਮੱਛੀਆਂ ਫੱਦੂ ਲਾ ਕੇ ਸਾਂਝ ਸਾਂ ਤੇ ਦਮੇ ਉੱਠ ਕੇ ਚੈੱਕ ਲਿਸਾ ਕੋ ਲੱਗੀ ਪਈ ਜੀ। ਅੱਛਾ ਜੀ ਸਹੀ ਹੈ, ਇਹ ਮੇਰੀ ਹੈ ਜੀ ਸਾਲੀ 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 ਅੱਧੇ ਘਰ ਵਾਲੀ ਹੈ, ਆਸੀ ਆ ਦੀ ਮਸੇਰ ਸਾਰੀ ਲੱਗੀ ਮੇਰੀ ਸਹੀ ਖਾਰ ਦਿਮਾਗ ਹੈ। ਮਾਸ਼ਾਅੱਲਾ ਏਡੀ ਪਿਆਰੀ ਬੱਚੀ ਹੈ ਤੇ ਤੁਸੀਂ ਉਹਨੂੰ ਡਾਕੂ ਬਣਾਈ ਜਾਂਦੇ ਹੋ, ਕਿਉਂ ਸ਼ਕੂਟਾ? ਨਹੀਂ ਅਸੀਂ ਨੀ ਕਹਿੰਦੇ, ਕਿਸੇ ਦਾ ਮਜ਼ਾਕ ਬਣਾਉਣਾ ਨਾ ਬੜਾ ਬੁਰੀ ਗੱਲ ਆ। ਹਾਂਜੀ ਬੱਚਿਆਂ ਤਰ੍ਹਾਂ ਬੱਚੇ ਸਮਝਿਆ ਕਰੋ, ਵੈਸੇ ਤਾਂ ਮਜ਼ਾਕ ਮੁੜ ਕਰਦੇ ਹੀ ਰਹਿੰਦੇ ਆ। ਬਾਕੀ ਚਾਹ ਹੁਣ ਸਹੀ ਬਣੀ, ਅੱਗੇ ਤਾਂ ਸਾਰੀ ਫਟੀ ਪਈ ਆ। ਹਾਂ ਤੈਨੂੰ ਭਾਂਡੇ ਵੀ ਮੈਂ ਨਾ ਧੋ ਦਿੰਦੀ, ਵਾਹ ਬੜੀ ਗੱਲ ਹੈ ਬੜੀ ਗੱਲ ਹੈ, ਇੱਥੇ ਹੀ ਬਹਿ ਕੇ ਧੋਈ ਆਉਂਦੀ ਸਾਰੇ ਭਾਂਡੇ। ਠੀਕ ਹੈ